ਦੇਖੋ ਗੱਠਜੋੜ ਦਾ ਤਾਂ ਤੁਹਾਨੂੰ ਆਲਰੇਡੀ ਮੋਸਟਲੀ ਪਤਾ ਲੱਗ ਚੁੱਕਾ ਵਾ ਕਿ ਪੰਜਾਬ ਦੇ ਵਿੱਚ ਗੱਠਜੋੜ ਨਹੀਂ ਹੋਏਗਾ। ਇਹ ਗੱਲ ਸਾਡੀ ਲੀਡਰਸ਼ਿਪ ਵੀ ਕਹਿ ਚੁੱਕੀ ਹੈ ਔਰ ਇਹ ਗੱਲ ਪਾਰਟੀ ਦੀ ਹਾਈਕਮਾਂਡ ਤੋਂ ਸੰਕੇਤ ਆ ਚੁੱਕੇ ਨੇ। ਔਰ ਗੱਠਜੋੜ ਪੰਜਾਬ ਅਸੀਂ ਇਸ ਕਰਕੇ ਕਹਿੰਦੇ ਹੁੰਦੇ, ਉਹਦਾ ਕੋਈ ਕੀ ਕਹਿੰਦੇ ਹੁੰਦੇ ਕਿ ਕੋਈ ਤੁੱਕ ਨਹੀਂ ਬਣਦੀ। ਅਸੀਂ ਮਤਲਬ ਅੱਜ ਦੀ ਡੇਟ ਵਿੱਚ ਐੱਮ ਐੱਲ ਏ ਦੀ ਗਿਣਤੀ ਦੇਖੀਏ ਤਾਂ ਨੰਬਰ ਇੱਕ ਦੀ ਪਾਰਟੀ ਆਮ ਆਦਮੀ, ਨੰਬਰ ਦੋ ਦੀ ਕਾਂਗਰਸ, ਨੰਬਰ ਤਿੰਨ 'ਤੇ ਅਕਾਲੀ ਦਲ ਅਤੇ ਨੰਬਰ ਚਾਰ 'ਤੇ ਬੀਜੇਪੀ। ਇੱਕ ਨੰਬਰ ਅਤੇ ਦੋ ਨੰਬਰ ਇਕੱਠੇ ਹੋ ਕੇ ਕਿਹਨੂੰ ਹਰਾਉਣ ਚੱਲੇ ਨੇ? ਚੌਥੇ ਨੂੰ, ਉਹਨਾਂ ਉਹ ਤਾਂ ਪਹਿਲਾਂ ਹੀ ਚੌਥੇ ਦੇ ਨੇ। ਔਰ ਦੂਸਰੀ ਗੱਲ ਕਿ ਅਸੀਂ ਅਲੱਗ ਅਲੱਗ 'ਚ ਲੜਦੇ ਹਾਂ, ਫਰਜ਼ ਕਰੋ ਜਿੰਨੀਆਂ ਵੀ ਸੀਟਾਂ ਅਸੀਂ ਜਿੱਤਦੇ ਹਾਂ, ਜਿੰਨੀਆਂ ਵੀ ਸੀਟਾਂ ਆਮ ਆਦਮੀ ਜਿੱਤਦੇ, ਜਾਣੀਆਂ ਤਾਂ ਇੰਡੀਆ ਵਾਲਾ ਇਸਦੇ ਖਾਤੇ 'ਚ ਹੈ ਨਾ। ਸੋ ਇੱਥੇ ਕੋਈ ਤੁੱਕ ਨਹੀਂ ਬਣਦੀ। ਪਰ ਫਿਰ ਵੀ ਜੇ ਹਾਈਕਮਾਂਡ ਕੋਈ ਗੱਲ ਸੋਚ ਰਹੀ ਆ, ਹਾਂ ਦਿੱਲੀ 'ਚ ਕਰਨਾ ਚਾਹੁੰਦੇ ਨੇ, ਗੋਆ, ਗੁਜਰਾਤ, ਐਨੀਵੇਅਰ ਦੇ ਕੈਨ ਡੂ ਦੇਅਰ। ਸੋ ਪੰਜਾਬ ਦੇ ਜਜ਼ਬਾਤਾਂ ਨੂੰ ਓਵਰਰਾਈਡ ਕਰਕੇ ਥੋੜ੍ਹੋ ਕਰਨਗੇ। ਔਰ ਉੱਧਰਲੇ ਪਾਸੇ ਭਗਵੰਤ ਵੀ ਰੋਜ਼ ਕਹੀ ਜਾਂਦਾ 13-0, 13-0, ਸਾਡੇ ਵਾਲੇ ਵੀ ਕਹੀ ਜਾਂਦੇ 13-0, 13-0, 26 ਦਾ ਸੀਟਾਂ ਹੀ ਹੈ ਨਹੀਂ ਇੱਥੇ ਪੰਜਾਬ ਦੇ ਵਿੱਚ। ਸੋ ਮੈਨੂੰ ਲੱਗਦਾ ਕਿ ਕੁਛ ਨਾ ਕੁਛ ਠੀਕ ਹੀ ਹੋਵੇਗਾ ਔਰ ਨਹੀਂ ਹੋਏਗਾ। ਕੀ ਲੱਗਦਾ ਕਿੰਨੀਆਂ ਸੀਟਾਂ ਕਾਂਗਰਸ ਲਵੇਗੀ? ਹੁਣ ਫਿਰ ਉਹੀ ਗੱਲ ਆ ਗਈ ਨਾ, ਹੁਣ ਜੇ ਮੈਂ ਵੀ 13-0 ਕਿਹਾ, ਉਹ ਕਹਿਣ ਵਾਸਤੇ ਹੁੰਦਾ। ਮੈਂ ਕਦੀ ਇੱਦਾਂ ਦੀ ਬਨੋਟੀ ਜਿਹੀ ਗੱਲ ਨਹੀਂ ਕੀਤੀ ਜ਼ਿੰਦਗੀ ਦੇ ਵਿੱਚ। ਬਟ ਆਈ ਐਮ ਕੁਆਇਟ ਸ਼ੋਰ ਕਿ ਅਗਰ 4-corner ਕੰਟੈਸਟ ਹੋਵੇਗਾ, ਕਾਂਗਰਸ ਸ਼ੁੱਡ ਡੂ ਵੈਰੀ ਵੈਰੀ ਵੈਲ। ਛੋਟਾ ਜਿਹਾ ਆਪਣਾ ਹਾਊਸ ਇਨ ਆਰਡਰ ਕਰ ਲੈਣ, ਆਹ ਜਿਹੜਾ ਰੋਜ਼ ਇੱਕ ਦੂਜੇ ਨਾਲ ਛੋਟਾ ਮੋਟਾ ਡਿਫਰੈਂਸ ਆਫ ਓਪੀਨੀਅਨ ਅੰਦਰ ਬਹਿ ਕੇ ਗੱਲ ਕਰ ਲੈਣ, ਆਈ ਐਮ ਕੁਆਇਟ ਸ਼ੋਰ ਕਿ ਅੱਜ ਲੋਕ ਬਹੁਤ ਅੱਕੇ ਹੋਏ ਨੇ ਔਰ ਉਹ ਹੁਣ ਅਸਲੀ ਬਦਲਾਅ ਚਾਹੁੰਦੇ ਨੇ ਜਿਹੜਾ ਅਸੀਂ ਹੁਣ ਦੇਣ ਜਾਵਾਂਗੇ ਨਾ। ਔਰ ਇਹ ਤੋਂ ਬਾਅਦ ਜਿਹੜੀ 27 'ਚ ਅਸਲੀ ਸਰਕਾਰ ਬਣਾਵਾਂਗੇ, ਜਿਹੜੀ ਵੀ ਸਾਡੀ ਪਾਰਟੀ ਵੱਲੋਂ ਸਪੋਂਸਰਡ ਅੱਛੀ ਸਰਕਾਰ, ਉਹਦੇ ਵਿੱਚ ਜੈਨੂਅਨ ਇਸ਼ੂਜ਼ ਜਿੱਦਾਂ ਕੌਨਫਲਿਕਟ ਆਫ ਇੰਟਰਸਟ ਲੋ ਪੈਂਡਿੰਗ ਹੈ ਹਲੇ, ਮਤਲਬ ਮੈਂ ਕਿੰਨਾ ਕੁਛ ਕੋਟ ਕਰ ਸਕਦਾ ਉਹ ਸਾਰਾ ਕੁਛ ਲੈ ਕੇ। ਬੀਜੇਪੀ ਦਾ ਆਧਾਰ ਰਹੇਗਾ ਜੀ ਪੰਜਾਬ ਦੇ ਅੰਦਰ? ਦੇਖੋ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਬੀਜੇਪੀ ਆਫਟਰ ਆਲ ਇੱਕ ਨੈਸ਼ਨਲ ਪਾਰਟੀ ਹੈ, ਠੀਕ ਹੈ, ਅਸੀਂ ਇੱਕ ਮੈਂ ਕਹਿੰਦਾ ਕਿ ਉਹਨਾਂ ਦਾ ਕੋਈ ਆਧਾਰ ਨਹੀਂ ਗਾ ਤਾਂ ਮੇਰੇ ਕਹਿਣ ਨਾਲ ਤਾਂ ਨਿਬੜਦਾ ਨਹੀਂ ਗਾ। ਤੋ ਉਹਨਾਂ ਦਾ ਅਗਰ ਇੰਡੀਪੈਂਡੈਂਟ ਹੀ ਲੜਦੇ ਉਹ ਵੋਟਾਂ ਤਾਂ ਲਿਜਾਣਗੇ, ਬਟ ਆਈ ਡੂ ਨੋਟ ਸੀ ਕਿ ਉਹ ਕੋਈ ਲੋਕ ਸਭਾ ਦੀ ਸੀਟ ਉਹ ਜਿੱਤਦੇ ਨਜ਼ਰ ਆਉਣ। ਬਾਕੀ ਤਾਂ ਚਲੋ ਜਦੋਂ ਵੋਟ ਪੋਲ ਫੇਰ ਪਤਾ ਲੱਗਦਾ ਕਿ ਗੱਠਜੋੜ ਹੋਏਗਾ ਅਕਾਲੀ ਦਲ ਅਤੇ ਬੀਜੇਪੀ ਦਾ। ਉਹਨਾਂ ਦੀ ਵੀ ਕੋਈ ਤੁੱਕ ਨਹੀਂ ਬਣਦੀ। ਜਿਹੜਾ ਅਕਾਲੀ ਦਲ ਇਸ ਆਧਾਰ 'ਤੇ ਬਾਹਰ ਆਇਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ, ਤੁਹਾਨੂੰ ਯਾਦ ਆ, ਅਸਤੀਫਾ ਕਿਉਂ ਦਿੱਤਾ ਸੀਗਾ ਕਿ ਮਿਨੀਮਮ ਸਪੋਰਟ ਪ੍ਰਾਈਸ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਦਿੱਤਾ ਅਸਤੀਫਾ ਦਿੱਤਾ, ਅਤੇ ਜੇ ਅੱਜ ਅਕਾਲੀ ਦਲ ਸਮਝੌਤਾ ਕਰ ਲੂਗਾ ਅਤੇ ਮਿਨੀਮਮ ਸਪੋਰਟ ਪ੍ਰਾਈਸ ਦਾ ਕਾਨੂੰਨ ਬਣਾਇਆ ਹੀ ਨਹੀਂ ਗਾ ਬੀਜੇਪੀ ਸਰਕਾਰ। ਔਰ ਉਸ ਤੋਂ ਇਲਾਵਾ ਜੋ ਹੋਰ ਜਿਸ ਤਰ੍ਹਾਂ ਦਾ ਇੱਕ ਮਜੋਰਿਟੇਰੀਅਨ ਪੋਲੀਟਿਕਸ ਹੋ ਰਹੀ ਆ, ਜਿਹੜੀ ਵਿਚਾਰਧਾਰਾ ਨਾ ਅਕਾਲੀ ਦਲ ਦੀ, ਉਹ ਸ਼ੁਰੂ ਤੋਂ ਬੇਸਿਕ ਮੁੱਢਲੀ ਜਿਹੀ ਵਿਚਾਰਧਾਰਾ, ਵੱਧ ਅਧਿਕਾਰਾਂ ਦੀ ਲੜਾਈ, ਫੈਡਰਲ ਢਾਂਚੇ ਦੇ ਲੜਾਈ, ਪਰ ਬੀਜੇਪੀ ਤਾਂ ਇਸ ਦੇਸ਼ ਨੂੰ ਹੋਰ ਜ਼ਿਆਦਾ ਯੂਨੀਟਰੀ ਸਿਸਟਮ ਬਣਾ ਰਹੀ ਹੈ, ਸਾਰੇ ਅਧਿਕਾਰ ਕੇਂਦਰਿਤ ਖਿੱਚ ਕੇ ਲੈ ਗਿਆ, ਇੱਥੋਂ ਤੱਕ ਕਿ ਸਾਡੇ ਕੋਲ ਟੈਕਸ ਵੀ ਹੈ ਨਹੀਂ ਗਾ, ਸਾਡੇ ਐਜੂਕੇਸ਼ਨ, ਹੈਲਥ ਕੇਅਰ, ਲੇਬਰ ਪੋਲਿਸੀ, ਸਾਰਾ ਕੁਛ ਡਿਸਾਈਡ ਕਰਦੇ ਨੇ। ਸੋ ਇਹਨਾਂ ਦਾ ਤਾਂ ਡਾਇਰੈਕਟ ਵਿਚਾਰਧਾਰਕ ਕਲੈਸ਼ ਆ। ਔਰ ਉਸ ਤੋਂ ਅੱਗੇ ਬੀਜੇਪੀ ਕਹਿ ਰਹੀ ਕਿ ਅਸੀਂ ਜਿੱਤਾਂਗੇ ਤਾਂ ਅਸੀਂ ਯੂਨੀਫਾਰਮ ਸਿਵਲ ਕੋਡ ਲੈ ਕੇ ਆਵਾਂਗੇ, ਯਾਨੀ ਕਿ ਧਾਰਮਿਕ ਕਾਨੂੰਨ ਵੀ ਹੁਣ ਉਹ ਕਹਿਣਗੇ ਅਸੀਂ ਬਣਾਵਾਂਗੇ। ਤਾਂ ਫਿਰ ਅਕਾਲੀ ਦਲ ਜਿਹੜੀ ਸਿੱਖਾਂ ਨੂੰ ਰਿਪ੍ਰਜੈਂਟ ਕਰਦੀ ਆ, ਜਿਹੜੀ ਘੱਟ ਗਿਣਤੀਆਂ ਨੇ ਮੁਸਲਮਾਨ ਨੇ ਜਾਂ ਹੋਰ ਕ੍ਰਿਸਚੈਨਿਟੀ ਅਤੇ ਦੂਜੇ ਇਸਲਾਮ ਹੋਰ, ਉਹ ਉਹਨਾਂ ਵਾਸਤੇ ਤਾਂ ਇਹ ਸਾਰੇ ਕਾਨੂੰਨ ਜਿਹੜੇ ਬੜੇ ਹੈਗੇ ਨੇ, ਇੱਕ ਡਰੈਕੋਨੀਅਨ ਨਜ਼ਰ ਆ ਰਹੇ ਨੇ। ਅਕਾਲੀ ਦਲ ਕਿਹੜੇ ਮੂੰਹ ਨਾਲ ਉਹਨਾਂ ਕਰ ਲਏ? ਔਰ ਅਖੀਰਲੀ ਗੱਲ, ਇਹ ਕਹਿੰਦੇ ਵੱਧ ਅਧਿਕਾਰ ਲੈਣੇ, ਅਸੀਂ ਸੂਬੇ ਮਜ਼ਬੂਤ ਹੋਣੇ ਚਾਹੀਦੇ, ਬਿਲਕੁਲ ਨਾਲ ਦੇ ਗੁਆਂਢੀ ਸੂਬੇ ਨੂੰ ਜੰਮੂ ਕਸ਼ਮੀਰ ਨੂੰ ਬੀਜੇਪੀ ਨੇ ਤੋੜਿਆ, ਦੋ ਉਹਦੇ ਯੂਟੀਜ਼ ਬਣਾਈਆਂ ਅਤੇ ਅਕਾਲੀ ਦਲ ਨੇ ਤਾਂ ਉੱਧਰ ਵੋਟ ਪਾਈ ਹੋਈ ਹੈ। ਸੋ ਕਿਤੇ ਨਾ ਕਿਤੇ ਸੁਖਬੀਰ ਬਾਦਲ ਦੀ ਜਿਹੜੀ ਪੋਲੀਟਿਕਸ ਆ ਉਹ ਇਟਸੈਲਫ ਕੰਟਰਡਿਕਟਰੀ ਆ, ਜਿਹੜੀ ਉਹਨਾਂ ਦੀ ਆਪਣੀ ਵਿਚਾਰਧਾਰਾ ਦੇ ਨਾਲ ਕੰਟਰਡਿਕਸ਼ਨ ਚੱਲ ਰਹੀ। ਜਿੱਥੇ ਤੱਕ ਕੌਂਕੇ ਦਾ ਕੇਸ ਆ ਗਿਆ, ਇਹਨਾਂ ਦੀਆਂ 3 ਸਰਕਾਰਾਂ ਲੰਘ ਗਈਆਂ, 15 ਸਾਲ ਦਾ ਰਾਜ, ਲੇਕਿਨ ਆਪਣੇ ਅਕਾਲ ਤਖ਼ਤ ਦੇ ਜਥੇਦਾਰ ਦੀ ਪ੍ਰੋਟੈਕਸ਼ਨ ਹੀ ਨਹੀਂ ਕਰ ਸਕੇ, ਉਲਟਾ
ਜਿਹੜੇ ਉਹਨਾਂ ਦੇ ਜ਼ਿੰਮੇਵਾਰ ਅਫਸਰ ਸੀਗੇ ਉਹਨਾਂ ਨੂੰ ਪ੍ਰਮੋਸ਼ਨਾਂ ਅਤੇ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ। ਸੋ ਹੁਣ ਕਿਹੜੇ ਮੂੰਹ ਨਾਲੇ ਜਾ ਕੇ ਸਿੱਖਾਂ ਨੂੰ ਕਹਿਣਗੇ ਕਿ ਅਸੀਂ ਪੰਥਕ ਪਾਰਟੀ ਹਾਂ, ਅਸੀਂ ਬੜੇ ਜੈਨੂਅਨ ਹਾਂ, ਅਸੀਂ ਵੱਧ ਅਧਿਕਾਰਾਂ ਦੀ ਲੜਾਈ ਲੜਾਂਗੇ? ਤਾਂ ਹੀ ਉਹ ਲੋਕ ਕਿਤੇ ਨਾ ਕਿਤੇ ਅਕਾਲੀ ਦਲ ਅਤੇ ਅੱਜ ਵਾਲੇ 'ਤੇ ਯਕੀਨ ਨਹੀਂ ਕਰ ਰਹੇ। ਅਤੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਅਲਾਇੰਸ ਅਗਰ ਹੋਊਗਾ ਵੀ ਤਾਂ ਮੈਨੂੰ ਲੱਗਦਾ ਇਟ ਵਿਲ ਸੈਂਡ ਅ ਵੈਰੀ ਬੈਡ ਰਿਐਕਸ਼ਨ, ਮੇ ਬੀ ਬੋਥ ਦਾ ਪਾਰਟੀਜ਼ ਵਿਲ ਡਰੋਪ ਦੇ ਵੋਟਸ। ਰਾਮ ਮੰਦਰ ਦਾ ਨਿਰਮਾਣ ਹੋਇਆ ਜੀ, ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨਾ ਕੁ ਫਾਇਦਾ ਜਿਹੜਾ ਬੀਜੇਪੀ ਨੂੰ ਹੈ? ਦੇਖੋ, ਸਾਰਿਆਂ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ, ਔਰ ਜਦੋਂ ਕੋਈ ਆਪਣਾ ਧਰਮ ਕੋਈ ਗੱਲ ਕਹਿੰਦਾ ਵਾ ਅਸੀਂ ਸਾਰੇ, ਮਤਲਬ ਮੈਂ ਸਮਝਦਾ ਕਿ ਉਹਦਾ ਫਰਜ਼ ਬਣਦਾ ਅਸੀਂ ਸਤਿਕਾਰ ਕਰੀਏ। ਕੌਂਸਟੀਟਿਊਸ਼ਨ ਸਾਡਾ ਪ੍ਰੋਵਾਈਡ ਕਰਦਾ ਫਰੀਡਮ ਆਫ ਸਪੀਚ, ਸਭ ਨੂੰ ਅਧਿਕਾਰ ਹੈ ਕਿ ਉਹ ਆਪਣੇ ਧਰਮ ਦੀ ਗੱਲ ਕਰਨ। ਔਰ ਮੈਂ ਤਾਂ ਮਤਲਬ ਆਈ ਵੁੱਡ ਸੇ ਕਿ ਉਹ ਵਧਾਈ ਦੇ ਪਾਤਰ ਨੇ, ਉਹਨਾਂ ਵਾਸਤੇ ਇੱਕ ਰਾਮ ਮੰਦਰ ਜਿਹੜਾ ਹੈਗਾ ਸਾਡੇ ਇਤਿਹਾਸ ਵਿੱਚੋਂ ਇੱਕ ਜਿਹੜਾ ਹੈ ਇੱਕ ਡ੍ਰਿਵਨ ਇਸ਼ੂ ਸੀਗਾ, ਔਰ ਉਹ ਮੰਦਰ ਬਣਿਆ। ਮੈਂ ਸਾਰੇ ਦੇਸ਼ ਦੇ ਆਪਣੇ ਰਾਮ ਨੂੰ ਰਾਮ ਭਗਵਾਨ ਜੀ ਨੂੰ ਮੰਨਣ ਵਾਲਿਆਂ ਨੂੰ, ਇਕੱਲੇ ਹਿੰਦੂ ਨਹੀਂ ਜਿਹੜੇ ਗੈਰ ਹਿੰਦੂ ਵੀ ਨੇ, ਉਹਨਾਂ ਸਾਰਿਆਂ ਨੂੰ ਆਪਣੇ ਦਿਲ ਦੀਆਂ ਕਹਿ ਰਹੇ ਹਾਂ ਤਾਂ ਮੁਬਾਰਕਬਾਦ। ਤੁਹਾਡੇ ਕੇਸ ਦੀ ਗੱਲ ਕਰ ਲਈਏ ਤਾਂ ਤੁਹਾਡੇ ਕੇਸ ਦੀ ਹੁਣ ਅਗਲੀ ਤਰੀਕ ਕਿਹੜੀ ਪਈ ਹੈ ਜੀ? ਅਗਲੀ ਤਰੀਕ ਹਲੇ ਲੇਟਰ ਔਨ ਦੱਸੀ ਜਾਓ, ਮੈਨੂੰ ਕਨਵੇ ਕਰ ਲਿਓ। ਕਿਤੇ ਨਾ ਕਿਤੇ ਜਾ ਕੇ ਪੁਲਿਸ ਸਿੱਧਾ ਹੀ ਇਲਜ਼ਾਮ ਲਗਾ ਰਹੀ ਹੈ ਕਿ ਪੈਸਿਆਂ ਦਾ ਲੈਣ ਦੇਣ ਜਿਹੜਾ ਇਸ ਮਾਮਲੇ ਦੇ ਅੰਦਰ ਹੋਇਆ ਹੈਗਾ, ਕਿੰਨੀ ਕੁ ਸੱਚਾਈ ਹੈ ਜੀ? ਫਿਰ ਮੈਂ ਉਹੀ ਤੁਹਾਨੂੰ ਬੇਨਤੀ ਕਰਦਾ, ਮੇਰੇ ਕੋਲ ਤਾਂ ਇਕੱਲੇ ਇਕੱਲੇ ਨੁਕਤੇ ਦਾ ਜਵਾਬ ਹੈ ਜੀ। ਪੰਜਾਬ ਦੀ ਜਨਤਾ ਲੋਕ ਅਦਾਲਤ ਵਿੱਚ ਮੈਂ ਬਿਲਕੁਲ ਬਿਲਕੁਲ ਕੀ ਕਹਿੰਦੇ ਨਿਰਦੋਸ਼ ਹਾਂ, ਔਰ ਲੋਕਾਂ ਨੂੰ ਇਕੱਲੇ ਇਕੱਲੇ, ਕਿਉਂਕਿ ਜਿਹੜਾ ਮਾਮਲਾ ਹੈਗਾ ਇਹ ਫੋਰਥ ਟਾਈਮ ਇੰਪਲੀਕੇਸ਼ਨ ਹੈ ਮੇਰੀ। ਇੱਕ ਹੀ ਕੇਸ ਵਿੱਚ ਚਾਰ ਵਾਰੀ, ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੇਲੇ, ਫਿਰ ਕੈਪਟਨ ਅਮਰਿੰਦਰ ਸਿੰਘ ਵੇਲੇ ਇਸੇ ਕੇਸ ਸਮਨਿੰਗ, ਜਿਹੜੀ ਸਮਨਿੰਗ ਕੁਆਸ਼ ਕੀਤੀ ਸੁਪਰੀਮ ਕੋਰਟ ਨੇ, ਉਸ ਤੋਂ ਬਾਅਦ ਇਸੇ ਕੇਸ ਨੂੰ ਚੱਕ ਕੇ ਈਡੀ ਨੇ ਮੈਨੂੰ ਅਰੈਸਟ ਕਰ ਲਿਆ, ਜਦਕਿ ਸਮਨਿੰਗ ਕੁਆਸ਼ ਸੀਗੀ। ਔਰ ਇਸੇ ਕੇਸ ਨੂੰ ਭਗਵੰਤ ਮਾਨ ਨੇ ਚੌਥੀ ਵਾਰੀ FIR 'ਚ ਮੇਰਾ ਨਾਮ ਇੰਕਲੂਡ ਕੀਤਾ। ਉਹੀ ਭਗਵੰਤ ਮਾਨ ਯਾਦ ਰਹੇ ਜਿਹਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਨੇ ਕਿ ਖਹਿਰਾ ਸਾਹਿਬ ਬੇਗੁਨਾਹ ਨੇ, ਖਹਿਰਾ ਸਾਹਿਬ ਦੇ ਖਿਲਾਫ਼ ਇਹ ਕੇਸ ਮਨਘੜਤ ਝੂਠਾ ਵਾ। ਜਦੋਂ ਉਹਨਾਂ ਨੂੰ ਕੋਈ ਹੋਰ ਕੋਈ, ਮੈਨੂੰ ਪਹਿਲਾਂ 3 ਮੁਕੱਦਮੇ ਦਰਜ ਕੀਤੇ, ਉਹਦੇ 'ਚ ਮੈਨੂੰ ਐਂਟੀਸਪੇਟਰੀ ਬੇਲਸ ਮਿਲ ਗਈਆਂ, ਫਿਰ ਮੇਰਾ ਚੌਥਾ ਇਹ ਕਰਤਾ NDPS, ਜਦੋਂ ਮੈਂ ਵਿਆਹ, ਜਦੋਂ 4 ਜਨਵਰੀ ਨੂੰ ਹਾਈਕੋਰਟ ਨੇ ਬੇਲ ਦਿੱਤੀ, ਫਿਰ 5ਵਾਂ ਕਰਤਾ ਇੱਕ ਗਵਾਹ ਨੂੰ ਡਰਾਉਣ ਵਾਲਾ। ਸੋ ਆਈ ਵੁੱਡ ਨੋਟ ਸੇ ਕਿ ਮੈਂ ਕੋਈ ਜੱਜ ਤਾਂ ਹੈ ਨਹੀਂਗਾ, ਪਰ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਇਸ ਕੇਸ ਵਿੱਚੋਂ ਬਿਲਕੁਲ ਬੇਦਾਗ ਹੋ ਕੇ ਅਵਸ਼ ਨਿਕਲੂੰਗਾ।